वेलकम कर दिया जी सारिआं दा अज होर नवीं वीडियो दे विच। दिन है जी एतवार, अज असीं जा रहे हां फतेहगढ़ साहब। सफर की शुरुआत की है असीं बाबा बंदा सिंह बहादुर जी की नगरी चप्पड़ चिड़ी कलां तों। ते इत्थों असीं कुछ टाइम रुकण दे बाद फिर निकलांगे, मिलदे आ तुहानूं अगे जाके। ਇਹ ਹੈ ਜੀ ਲਾਂਡਰਾ ਤੋਂ ਫਤਿਹਗੜ੍ਹ ਸਾਹਿਬ ਰੋਡ। ਮੋਹਾਲੀ ਤੋਂ ਜਦੋਂ ਅਸੀਂ ਆਉਂਦੇ ਹਾਂ ਪਹਿਲਾਂ ਲਾਂਡਰਾ, ਲਾਂਡਰਾ ਤੋਂ ਫਿਰ ਫਤਿਹਗੜ੍ਹ ਸਾਹਿਬ ਨੂੰ ਇਹੀ ਰੋਡ ਤੋਂ ਜਾਇਆ ਜਾਂਦਾ। ਸੰਡੇ ਹੋਣ ਕਰਕੇ ਥੋੜ੍ਹੀ ਜਿਹੀ ਟ੍ਰੈਫਿਕ ਜ਼ਿਆਦਾ ਆ। ਦੋਸਤੋ ਸਭ ਤੋਂ ਪਹਿਲਾਂ ਅਸੀਂ ਚਲਾਂਗੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ, ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ, ਅਤੇ ਦੋਨੋਂ ਜਗ੍ਹਾ ਦੇ ਦਰਸ਼ਨ ਕਰਾਵਾਂਗੇ, ਥੋੜ੍ਹੀ ਜਿਹੀ ਇਤਿਹਾਸ 'ਤੇ ਸਾਂਝ ਵੀ ਪਾਵਾਂਗੇ। ਦੋਸਤੋ ਅੱਜ ਦੇ ਵਲੋਗ ਤੋਂ ਬਾਅਦ ਅਸੀਂ ਚਲਾਂਗੇ ਰੂਪਨਗਰ, ਹੈੱਡ 'ਤੇ ਲੈ ਕੇ ਜਾਵਾਂਗੇ, ਤੁਹਾਨੂੰ ਇਤਿਹਾਸ ਵੀ ਦੱਸਾਂਗੇ ਉੱਥੇ ਦਾ। ਅਗਲੇ ਸੰਡੇ ਉਸ ਜਗ੍ਹਾ 'ਤੇ ਚਲਾਂਗੇ, ਅੱਜ ਅਸੀਂ ਗੁਰੂ ਘਰ ਚੱਲਦੇ ਹਾਂ। ਅਤੇ ਤੁਸੀਂ ਦੇਖੋਗੇ ਕਿ ਇਹ ਰੋਡ ਜੋ ਹੈ ਅੱਜ ਤੋਂ ਇੱਕ ਸਾਲ ਪਹਿਲਾਂ ਬਿਲਕੁਲ ਖਰਾਬ ਸੀ, ਅੱਜ ਰੋਡ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੋਇਆ। ਸਾਨੂੰ ਤਕਰੀਬਨ 35 ਮਿੰਟ ਲੱਗੇ ਸਿਰਫ ਚੱਪੜ ਚਿੜੀ ਤੋਂ ਫਤਿਹਗੜ੍ਹ ਸਾਹਿਬ ਤੱਕ। ਅਸੀਂ ਚੱਲੇ ਸੀ 11 ਵਜੇ ਔਰ 11:40 ਦੇ ਕਰੀਬ ਪਹੁੰਚ ਗਏ ਸੀ, ਰੁਕੇ ਵੀ ਰਾਹ ਦੇ ਵਿੱਚ ਥੋੜ੍ਹਾ ਜਿਹਾ। ਅਤੇ ਕਿਤੇ ਕਿਤੇ ਟ੍ਰੈਫਿਕ ਵੱਧ ਜਾਂਦੀ ਆ, ਕਿਤੇ ਕਿਤੇ ਘੱਟ ਆ ਟ੍ਰੈਫਿਕ। ਜਿਸ ਹਿਸਾਬ ਦੇ ਨਾਲ ਕੋਈ ਬਾਜ਼ਾਰ ਆਉਂਦਾ ਆ ਉਸ ਹਿਸਾਬ ਦੇ ਨਾਲ ਅੱਗੇ ਟ੍ਰੈਫਿਕ ਵੀ ਜ਼ਿਆਦਾ ਆ। ਅਤੇ ਕਿਉਂਕਿ ਇਹ ਰੋਡ ਲੁਧਿਆਣੇ ਨੂੰ ਜਾਂਦਾ ਹੈ, ਇਸ ਕਰਕੇ ਥੋੜ੍ਹੀ ਜਿਹੀ ਟ੍ਰੈਫਿਕ ਇਸ 'ਤੇ ਵੱਧ ਹੋਣੀ ਹੀ ਆਮ ਹੀ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਮੈਂ ਫਤਿਹਗੜ੍ਹ ਸਾਹਿਬ ਦਰਸ਼ਨ ਲਈ ਆਪਣੀ ਪੂਰੀ ਲਾਈਫ ਦੇ ਵਿੱਚ ਦੂਜੀ ਵਾਰੀ ਜਾ ਰਿਹਾ। ਪਹਿਲੀ ਵਾਰੀ ਗਿਆ ਸੀ 2015 ਦੇ ਵਿੱਚ, ਉਸਦੇ ਬਾਅਦ ਅੱਜ ਜਾ ਰਹੇ ਹਾਂ। ਵਿੱਚ ਥੋੜ੍ਹਾ ਪ੍ਰੋਗਰਾਮ ਬਣਿਆ ਸੀ ਸਾਡਾ ਜਾਣ ਦਾ, ਅਤੇ ਕਰੋਨਾ ਕਰਕੇ ਜਾ ਨਹੀਂ ਹੋਇਆ ਸਾਡੇ ਕੋਲੋਂ, ਅਤੇ ਅੱਜ ਚੱਲਦੇ ਹਾਂ। ਇਹ ਆ ਗਿਆ ਜੀ ਚੁੰਨੀ ਕਲਾਂ ਪਿੰਡ। ਉਹ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ, ਜਿਸ ਜਗ੍ਹਾ 'ਤੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੂਰੇ ਨਜ਼ਮ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਦੀ ਉਮਰ 9 ਸਾਲ, ਅਤੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀ ਉਮਰ 7 ਸਾਲ, ਅਤੇ ਮਾਤਾ ਗੁਜਰੀ ਜੀ ਨੂੰ ਅਣਮੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਪਿੱਛੋਂ ਜ਼ਾਲਮ ਹਕੂਮਤ ਦੀ ਇਹ ਵੀ ਮਾਨਸਾ ਸੀ ਕਿ ਲੋਕ ਮਨਾਂ ਅੰਦਰ ਦਿੱਲੀ ਸਰਕਾਰ ਦੀ ਦਹਿਸ਼ਤ ਨੂੰ ਹੋਰ ਵਧਾਇਆ ਜਾਵੇ। ਇਸ ਮਨਸੂਹੇ ਤਹਿਤ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਨਾ ਪੂਰੀ ਹੋਣ ਵਾਲੀ ਸ਼ਰਤ ਰੱਖੀ ਗਈ। ਇਸ ਦੇ ਬਾਅਦ ਗੁਰੂ ਘਰ ਦੇ ਅਨਿੰਨ ਸੇਵਕ ਦੀਵਾਨ ਟੋਡਰਮੱਲ ਜੀ ਨੇ ਆਪਣੀ ਜ਼ਿੰਦਗੀ ਦੀ ਕਮਾਈ ਹੋਈ ਸਾਰੀ ਧਨ ਸੰਪੱਤੀ ਕੁਰਬਾਨ ਕਰਕੇ ਜ਼ਾਲਮ ਵਜ਼ੀਰ ਖਾਨ ਦੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ 'ਤੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿਸ ਜਗ੍ਹਾ 'ਤੇ ਇੱਕੋ ਚਿਖਾ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ, ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਅਸਥਾਨ ਹੈ। ਦੋਸਤੋ ਇਸ ਦੇ ਬਾਅਦ ਅਸੀਂ ਤਕਰੀਬਨ ਪਹੁੰਚ ਹੀ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ। ਆਓ ਚੱਲਦੇ ਹਾਂ, ਅਸੀਂ ਵੀ ਦਰਸ਼ਨ ਕਰਦੇ ਹਾਂ ਤੇ ਤੁਹਾਨੂੰ ਵੀ ਸਾਰਿਆਂ ਨੂੰ ਕਰਾਉਂਦੇ ਹਾਂ। ਸੋ ਦੁੱਖ ਕੈਸਾ ਆਵੇ, ਸੋ ਦੁੱਖ ਕੈਸਾ ਆਵੇ, ਬੋਲ ਨਾ ਡਾਣੇ ਮਾਇਆ ਮਤ ਮਾਰਾ, ਬੋਲ ਨਾ ਸੰਤਾ ਸੰਤ
ਦੋਸਤੋ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਦਰਸ਼ਨ ਕਰਨ ਦੇ ਬਾਅਦ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ। ਅਗਰ ਵੀਡੀਓ ਪਸੰਦ ਆਈ ਹੋਵੇ ਜਲਦੀ ਤੋਂ ਜਲਦੀ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ।